ਬਾਰਡਰ ਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਜੋ ਬਹੁਤ ਪਰੇਸ਼ਾਨ ਸੀ, ਵਾਰ ਵਾਰ ਪ੍ਰਾਰਥਨਾ ਵੀ ਕਰਦੇ ਰਹੇ, ਵਪਾਰੀਆਂ ਨੇ ਵੀ ਕੀਤੀ ਕਿ ਸਾਡੇ ਬਿਜ਼ਨਸ ਤਬਾਹ ਹੋ ਰਹੇ ਆ, ਸਾਨੂੰ ਆਉਣ ਜਾਣ ਦੇ ਰਸਤੇ 'ਚ ਬਹੁਤ ਜ਼ਿਆਦਾ ਤਕਲੀਫਾਂ ਨੇ, ਜਿਹੜਾ ਰਸਤਾ 50-50 ਕਿਲੋਮੀਟਰ ਉਹਨਾਂ ਨੂੰ ਘੁੰਮ ਕੇ ਜਾਣਾ ਪੈਂਦਾ, ਜਿਹੜੇ 2 ਕਿਲੋਮੀਟਰ ਹੀ ਦੂਰ ਆ ਇਹਨਾਂ ਦੀ ਵਜ੍ਹਾ ਕਰਕੇ। ਅਤੇ ਇਹ ਮੈਂ ਸਮਝਦਾ ਕਿ ਇਹ ਕਿਸਾਨਾਂ ਦਾ ਹਿੱਤ ਨਹੀਂ ਸਾਧ ਰਹੇ। ਕਿਸਾਨ ਜਿਹੜਾ ਬੜਾ ਕਾਨੂੰਨ ਨੂੰ ਮੰਨਣ ਵਾਲਾ ਅਤੇ ਬੜਾ ਪਵਿੱਤਰ ਨਾਮ ਆ, ਇਹ ਕਿਸਾਨ ਦੇ ਨਾਮ 'ਤੇ ਆਪਣਾ ਧੰਦਾ ਚਲਾਉਂਦੇ ਆ, ਇਸ ਕਰਕੇ ਫਿਰ ਭਾਜਪਾ ਦਾ ਨਾਂ ਲੈ ਦਿੰਦੇ ਆ ਕਿ ਸਾਡੇ ਹਮ ਤਾਂ ਭਾਜਪਾ ਦੇ ਲੋਕ ਆ ਕੇ ਖਰਾਬ ਕਰ ਰਹੇ। ਨਾ ਭਾਜਪਾ ਦਾ ਕੋਈ ਗਿਆ, ਸਰਵਣ ਸਿੰਘ ਪੰਧੇਰ ਇਹਨਾਂ ਝੂਠੇ ਆਰੋਪਾਂ ਲਈ ਮਾਫ਼ੀ ਮੰਗੇ, ਔਰ ਇਹ ਨਾ ਕਿਸਾਨ ਦਾ ਹਿੱਤ ਸਾਧ ਰਹੇ ਆ ਔਰ ਇਹ ਆਸ ਪਾਸ ਦੇ ਪਿੰਡਾਂ ਵਾਲਿਆਂ ਨੇ ਹੁਣ ਇਹਨਾਂ ਨੂੰ ਉਠਾਉਣਾ, ਅਤੇ ਇਹ ਜਿਹੜਾ ਹੈਗਾ ਇਹ ਸਮਾਜ ਦੇ ਵਿੱਚ ਵੰਡੀਆਂ ਪਾਉਣ 'ਚ, ਔਰ ਇਹ ਸਰਵਣ ਸਿੰਘ ਪੰਧੇਰ ਕਿਰਤੀ ਕਿਸਾਨ ਯੂਨੀਅਨ ਦੇ ਨਾਂ 'ਤੇ, ਨਾ ਤਾਂ ਇਹਦੇ ਨਾਲ ਕੋਈ ਕਿਰਤੀ ਆ ਨਾ ਕੋਈ ਕਿਸਾਨ ਹੈ ਇਹਨਾਂ ਨਾਲ, ਇਹ ਆਪਣੀ ਇੱਕ ਇਸ ਤਰ੍ਹਾਂ ਦਾ ਕੰਮ ਇਹਨਾਂ ਨੇ ਚਲਾ ਰੱਖਿਆ ਜੋ ਇਹਨਾਂ ਦਾ ਧੰਦਾ। ਅਤੇ ਮੈਂ ਇਹੀ ਪ੍ਰਾਰਥਨਾ ਕਰੂੰਗਾ ਕਿ ਸੂਬੇ ਦੇ ਹਾਲਾਤ ਖਰਾਬ ਨਾ ਕਰੋ ਤੁਹਾਡੇ ਇਸ ਵਜ੍ਹਾ ਕਰਕੇ। ਪਹਿਲਾਂ ਤਾਂ ਗੱਡੀਆਂ ਟ੍ਰੇਨਾਂ ਜਿਹੜੀਆਂ ਨੇ 89 ਦੇ ਕਰੀਬ ਡਾਇਵਰਟ ਹੁੰਦੀਆਂ ਰਹੀਆਂ ਅਤੇ ਉਨੇ ਦਿਨਾਂ ਆਈਆਂ ਗਈਆਂ ਨਹੀਂ, ਅਤੇ ਇੱਥੋਂ ਬਿਜ਼ਨਸ ਵੀ ਜਾ ਰਹੇ ਨੇ, ਲੋਕ ਦੂਜੀਆਂ ਸਟੇਟਾਂ ਨੂੰ ਜਾ ਰਹੇ ਨੇ, 10,000 ਕਰੋੜ ਤੋਂ ਵੱਧ ਦਾ ਕੰਮ ਜਾ ਚੁੱਕਿਆ, ਲੈਦਰ ਇੰਡਸਟਰੀ ਇੱਥੋਂ ਜਾ ਚੁੱਕੀ ਆ ਅਤੇ ਬਾਕੀ ਵੀ ਉਦਯੋਗ ਜਿਹੜੇ ਹੌਜ਼ਰੀ ਇੰਡਸਟਰੀ ਇੱਥੋਂ ਜਾ ਚੁੱਕੀ ਆ, ਸਪੋਰਟਸ ਇੰਡਸਟਰੀ ਇੱਥੋਂ ਜਾ ਚੁੱਕੀ ਆ, ਜਿੰਨੀਆਂ ਇੰਡਸਟਰੀ ਸੀਗੀਆਂ ਉਹ ਇੱਥੋਂ ਜਾ ਰਹੀਆਂ ਨੇ ਹੌਲੀ ਹੌਲੀ, ਕਿਉਂਕਿ ਕੋਈ ਨਵੀਂ ਇਨਵੈਸਟਮੈਂਟ ਆ ਨਹੀਂ ਰਹੀ ਇਹਨਾਂ ਦੀ ਵਜ੍ਹਾ ਕਰਕੇ। ਭਗਵੰਤ ਸਿੰਘ ਮਾਨ ਨੂੰ ਵੀ ਕਹਾਂਗੇ ਕਿ ਆਪਣੇ ਰਾਜਨੀਤਿਕ ਹਿੱਤ ਸਾਧਨ ਤੋਂ ਬਾਜ ਆ ਜਾਓ, ਅਤੇ ਕਿਉਂਕਿ ਸਪੋਂਸਰਡ ਬਾਈ ਆਮ ਆਦਮੀ ਪਾਰਟੀ ਹੈ ਅਤੇ ਇਸ ਤੋਂ ਇਹਨਾਂ ਨੂੰ ਬਾਜ ਆ ਕੇ ਲੋਕਾਂ ਦੀਆਂ ਸੁਵਿਧਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ, ਔਰ ਜਿਹੜੇ ਇਹੋ ਜਿਹੇ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਰੋਕਣਾ ਵੀ ਚਾਹੀਦਾ, ਜੋ ਭਗਵੰਤ ਸਿੰਘ ਮਾਨ ਨਹੀਂ ਰੋਕ ਰਹੇ। ਔਰ ਆਮ ਆਦਮੀ ਪਾਰਟੀ ਇਹ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਇੱਕ ਬਹੁਤ ਬੜਾ ਯੋਗਦਾਨ ਪਾ ਰਹੀ ਹੈ, ਔਰ ਇਹਨਾਂ ਨਾਲ ਮਿਲ ਕੇ ਅਖੌਤੀ ਜਥੇਬੰਦੀਆਂ ਨਾਲ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਜੋਗਿੰਦਰ ਸਿੰਘ ਅਗਰਾਹਾਂ ਦੀ ਹੈਗੀ ਹੈ ਜਾਂ ਬਾਕੀ ਲੋਕਾਂ ਦੀ ਹੈਗੇ ਨੇ ਜਾਂ ਰਾਜੇਵਾਲ ਜੀ ਵੀ ਹੈਗੇ ਆ, ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ, ਤਕਲੀਫ ਨਹੀਂ ਦਿੰਦੇ ਲੋਕਾਂ ਨੂੰ, ਇਹ ਤਕਲੀਫ ਦੇਣ 'ਤੇ ਆਏ ਹੋਏ ਆ। ਮੈਂ ਉਹਨਾਂ ਨੂੰ ਵੀ ਕਹਿਣਾ ਕਿ ਬਈ ਇਹ ਕਿਸਾਨ ਦੀ ਮੂਵਮੈਂਟ ਨੂੰ ਹੀ ਖਰਾਬ ਕਰ ਰਹੇ ਨੇ, ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਰੋਕੋ ਇਸ ਗੱਲ ਤੋਂ, ਔਰ ਸਰਕਾਰ ਵੀ ਰੋਕੇ, ਔਰ ਪਿੰਡਾਂ ਦੇ ਲੋਕਾਂ ਨੂੰ ਕਹਿਣਾ ਕਿ ਥੋੜ੍ਹੀ ਸ਼ਾਂਤੀ ਬਣਾਏ ਰੱਖੋ ਤਾਂ ਕਿ ਇਹਨਾਂ ਨੂੰ ਆਰਾਮ ਨਾਲ ਗੱਲਬਾਤ ਨਾਲ ਹੀ ਇੱਥੋਂ ਹਟਾਇਆ ਜਾ ਸਕੇ। ਉਹ ਬਾਰਡਰ 'ਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਜੋ ਬਹੁਤ ਪਰੇਸ਼ਾਨ ਸੀ, ਵਾਰ ਵਾਰ ਪ੍ਰਾਰਥਨਾ ਵੀ ਕਰਦੇ ਰਹੇ, ਵਪਾਰੀਆਂ ਨੇ ਵੀ ਕੀਤੀ ਕਿ ਸਾਡੇ ਬਿਜ਼ਨਸ ਤਬਾਹ ਹੋ ਰਹੇ ਆ, ਸਾਨੂੰ ਆਉਣ ਜਾਣ ਦੇ ਰਸਤੇ 'ਚ ਬਹੁਤ ਜ਼ਿਆਦਾ ਤਕਲੀਫਾਂ ਨੇ, ਜਿਹੜਾ ਰਸਤਾ 50-50 ਕਿਲੋਮੀਟਰ ਉਹਨਾਂ ਨੂੰ ਘੁੰਮ ਕੇ ਜਾਣਾ ਪੈਂਦਾ, ਜਿਹੜੇ 2 ਕਿਲੋਮੀਟਰ ਹੀ ਦੂਰ ਆ ਇਹਨਾਂ ਦੀ ਵਜ੍ਹਾ ਕਰਕੇ। ਅਤੇ ਇਹ ਮੈਂ ਸਮਝਦਾ ਕਿ ਇਹ ਕਿਸਾਨਾਂ ਦਾ ਹਿੱਤ ਨਹੀਂ ਸਾਧ ਰਹੇ। ਕਿਸਾਨ ਜਿਹੜਾ ਬੜਾ ਕਾਨੂੰਨ ਨੂੰ ਮੰਨਣ ਵਾਲਾ ਅਤੇ ਬੜਾ ਪਵਿੱਤਰ ਨਾਮ ਆ, ਇਹ ਕਿਸਾਨ ਦੇ ਨਾਮ 'ਤੇ ਆਪਣਾ ਧੰਦਾ ਚਲਾਉਂਦੇ ਆ, ਇਸ ਕਰਕੇ ਫਿਰ ਭਾਜਪਾ ਦਾ ਨਾਂ ਲੈ ਦਿੰਦੇ ਆ ਕਿ ਸਾਡੇ ਹਮ ਤਾਂ ਭਾਜਪਾ ਦੇ ਲੋਕ ਆ ਕੇ ਖਰਾਬ ਕਰ ਰਹੇ। ਨਾ ਭਾਜਪਾ ਦਾ ਕੋਈ ਗਿਆ, ਸਰਵਣ ਸਿੰਘ ਪੰਧੇਰ ਇਹਨਾਂ ਝੂਠੇ ਆਰੋਪਾਂ ਲਈ ਮਾਫ਼ੀ ਮੰਗੇ, ਔਰ ਇਹ ਨਾ ਕਿਸਾਨ ਦਾ ਹਿੱਤ ਸਾਧ ਰਹੇ ਆ ਔਰ ਇਹ ਆਸ ਪਾਸ ਦੇ ਪਿੰਡਾਂ ਵਾਲਿਆਂ ਨੇ ਹੁਣ ਇਹਨਾਂ ਨੂੰ ਉਠਾਉਣਾ, ਅਤੇ ਇਹ ਜਿਹੜਾ ਹੈਗਾ ਇਹ ਸਮਾਜ ਦੇ ਵਿੱਚ ਵੰਡੀਆਂ ਪਾਉਣ 'ਚ, ਔਰ ਇਹ ਸਰਵਣ ਸਿੰਘ ਪੰਧੇਰ ਕਿਰਤੀ ਕਿਸਾਨ ਯੂਨੀਅਨ ਦੇ ਨਾਂ 'ਤੇ, ਨਾ ਤਾਂ ਇਹਦੇ ਨਾਲ ਕੋਈ ਕਿਰਤੀ ਆ ਨਾ ਕੋਈ ਕਿਸਾਨ ਹੈ ਇਹਨਾਂ ਨਾਲ, ਇਹ ਆਪਣੀ ਇੱਕ ਇਸ ਤਰ੍ਹਾਂ ਦਾ ਕੰਮ ਇਹਨਾਂ ਨੇ ਚਲਾ ਰੱਖਿਆ ਜੋ ਇਹਨਾਂ ਦਾ ਧੰਦਾ। ਅਤੇ ਮੈਂ ਇਹੀ ਪ੍ਰਾਰਥਨਾ ਕਰੂੰਗਾ ਕਿ ਸੂਬੇ ਦੇ ਹਾਲਾਤ ਖਰਾਬ ਨਾ ਕਰੋ
ਤੁਹਾਡੇ ਇਸ ਵਜ੍ਹਾ ਕਰਕੇ ਪਹਿਲਾਂ ਤਾਂ ਗੱਡੀਆਂ ਟ੍ਰੇਨਾਂ ਜਿਹੜੀਆਂ ਨੇ 89 ਦੇ ਕਰੀਬ ਡਾਇਵਰਟ ਹੁੰਦੀਆਂ ਰਹੀਆਂ ਅਤੇ ਉਨ੍ਹਾਂ ਦਿਨਾਂ ਆਈਆਂ ਗਈਆਂ ਨੇ ਅਤੇ ਇੱਥੋਂ ਬਿਜ਼ਨਸ ਵੀ ਜਾ ਰਹੇ ਨੇ, ਲੋਕ ਦੂਜੀਆਂ ਸਟੇਟਾਂ ਨੂੰ ਜਾ ਰਹੇ ਨੇ, 10,000 crore ਤੋਂ ਵੱਧ ਦਾ ਕੰਮ ਜਾ ਚੁੱਕਿਆ, ਲੈਦਰ ਇੰਡਸਟਰੀ ਇੱਥੋਂ ਜਾ ਚੁੱਕੀ ਆ ਅਤੇ ਬਾਕੀ ਵੀ ਉਦਯੋਗ ਜਿਹੜੇ ਹੌਜ਼ਰੀ ਇੰਡਸਟਰੀ ਇੱਥੋਂ ਜਾ ਚੁੱਕੀ ਆ, ਸਪੋਰਟਸ ਇੰਡਸਟਰੀ ਇੱਥੋਂ ਜਾ ਚੁੱਕੀ ਆ, ਜਿੰਨੀਆਂ ਇੰਡਸਟਰੀ ਸੀਗੀਆਂ ਉਹ ਇੱਥੋਂ ਜਾ ਰਹੀਆਂ ਨੇ ਹੌਲੀ ਹੌਲੀ, ਕਿਉਂਕਿ ਕੋਈ ਨਵੀਂ ਇਨਵੈਸਟਮੈਂਟ ਆ ਨਹੀਂ ਰਹੀ ਇਹਨਾਂ ਦੀ ਵਜ੍ਹਾ ਕਰਕੇ। ਭਗਵੰਤ ਸਿੰਘ ਮਾਨ ਨੂੰ ਵੀ ਕਹਾਂਗੇ ਕਿ ਆਪਣੇ ਰਾਜਨੀਤਿਕ ਹਿੱਤ ਸਾਧਨ ਤੋਂ ਬਾਜ਼ ਆ ਜਾਓ, ਅਤੇ ਕਿਉਂਕਿ ਸਪੋਂਸਰਡ ਬਾਈ ਆਮ ਆਦਮੀ ਪਾਰਟੀ ਹੈ ਅਤੇ ਇਸ ਤੋਂ ਇਹਨਾਂ ਨੂੰ ਬਾਜ਼ ਆ ਕੇ ਲੋਕਾਂ ਦੀਆਂ ਸੁਵਿਧਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਇਹੋ ਜਿਹੇ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਰੋਕਣਾ ਵੀ ਚਾਹੀਦਾ, ਜੋ ਭਗਵੰਤ ਸਿੰਘ ਮਾਨ ਨਹੀਂ ਰੋਕ ਰਹੇ ਔਰ ਆਮ ਆਦਮੀ ਪਾਰਟੀ ਇਹ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਇੱਕ ਬਹੁਤ ਬੜਾ ਯੋਗਦਾਨ ਪਾ ਰਹੀ ਹੈ ਔਰ ਇਹਨਾਂ ਨਾਲ ਮਿਲ ਕੇ ਅਖੌਤੀ ਜਥੇਬੰਦੀਆਂ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਜੋਗਿੰਦਰ ਸਿੰਘ ਅਗਰਾਹਾਂ ਦੀ ਹੈਗੀ ਹੈ ਜਾਂ ਬਾਕੀ ਲੋਕਾਂ ਦੀ ਹੈਗੀਆਂ ਨੇ ਜਾਂ ਰਾਜੇਵਾਲ ਜੀ ਵੀ ਹੈਗੇ ਆ, ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ, ਤਕਲੀਫ ਨਹੀਂ ਦਿੰਦੇ ਲੋਕਾਂ ਨੂੰ, ਇਹ ਤਕਲੀਫ ਦੇਣ 'ਤੇ ਆਏ ਹੋਏ ਆ। ਮੈਂ ਉਹਨਾਂ ਨੂੰ ਵੀ ਕਹਿਣਾ ਕਿ ਬਈ ਇਹ ਕਿਸਾਨ ਦੀ ਮੂਵਮੈਂਟ ਨੂੰ ਹੀ ਖਰਾਬ ਕਰ ਰਹੇ ਨੇ ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਰੋਕੋ ਇਸ ਗੱਲ ਤੋਂ ਔਰ ਸਰਕਾਰ ਵੀ ਰੋਕੇ ਔਰ ਪਿੰਡਾਂ ਦੇ ਲੋਕਾਂ ਨੂੰ ਕਹਿਣਾ ਕਿ ਥੋੜ੍ਹੀ ਸ਼ਾਂਤੀ ਬਣਾਏ ਰੱਖੋ ਤਾਂ ਕਿ ਇਹਨਾਂ ਨੂੰ ਆਰਾਮ ਨਾਲ ਗੱਲਬਾਤ ਨਾਲ ਹੀ ਇੱਥੋਂ ਹਟਾਇਆ ਜਾ ਸਕੇ।